ਸ੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਉਹਦੀ ਵਿਚਾਰ ਸਾਂਝੀ ਕਰੀਏ ਤਾਂ ਕਿ ਆਪਣੇ ਜਿਹੜੇ ਜੀਵਨ ਦੇ ਅੰਦਰ ਤਬਦੀਲੀ ਆਵੇ, ਅਸੀਂ ਇੱਕ ਚੰਗੇ ਇਨਸਾਨ ਬਣ ਸਕੀਏ। ਅਸੀਂ ਗੁਰਬਾਣੀ ਦੀ ਅਗਵਾਈ ਦੇ ਵਿੱਚ ਵੋਟ ਆਸਰਾ ਲੈ ਕੇ ਆਪਣੇ ਜੀਵਨ ਨੂੰ ਇੱਕ ਵਧੀਆ ਬਣਾਈਏ, ਜਿਹੜੇ ਆਪਣੇ ਔਗੁਣ ਹੈ ਉਹ ਤਿਆਗ ਕਰੀਏ ਅਤੇ ਜਿਹੜੇ ਗੁਣ ਹੈਗੇ ਹੈ ਉਹ ਗ੍ਰਹਿਣ ਕਰੀਏ। ਗੁਰਬਖਸ਼ ਦੀ ਬਾਣੀ ਹੈ, ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤਾ ਪਾਣੀ ਦੇ ਨਾਲ ਜਿਹੜੀ ਹੈ ਸਰੀਰ ਦੇ ਪੈਰਾਂ ਨਸ਼ਾ ਮੁਕਤੀ ਕੇਂਦਰ ਸਾਇਫਦੀਪੁਰ ਪਟਿਆਲਾ ਨੀਅਰ ਪੰਜਾਬੀ ਯੂਨੀਵਰਸਿਟੀ। ਇਹ ਸਾਡੇ ਕਥਾਵਾਚਕ ਨੇ, ਪਹਿਲਾਂ ਹੋਰ ਸਨ ਜੀ, ਹੁਣ ਤਕਰੀਬਨ 6 ਸਾਲ ਤੋਂ ਗੁਰੂ ਦੀ ਕਿਰਪਾ ਨਾਲ, ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਕਥਾ ਦੀ ਸਵੇਰ ਦੀ ਸੇਵਾ ਕਰਦੇ ਨੇ ਅਤੇ ਗੁਰੂ ਮਹਾਰਾਜ ਰਹਿਮਤ ਰੱਖੇ ਸੱਚੇ ਪਾਤਸ਼ਾਹ ਇਹਨਾਂ ਤੋਂ ਇਹਨਾਂ ਬੱਚਿਆਂ ਦੀ ਸੇਵਾ ਹਮੇਸ਼ਾ ਲੈਂਦਾ ਰਹੇ।